लुधियाना दे बीआरएस इलाके च उस वेले दहशत दा माहौल बन गया जदो डीएवी स्कूल दे सामने नौजवानां दे दो गुटां च झड़प हो गई। दोहां वल्लों इक दूजे ते हमला कीता गया। हमले दौरान गड्डियां दी भन्नतोड़ भी कीती गई। मौके ते मौजूद इक लड़के ने दस्सिया कि उन्हां उत्ते 10-12 लड़कियां वल्लों हमला कीता गया जिन्हां कोल हथियार भी सन। इस दे नाल ही लड़के ने दूजे गुट ते फायरिंग करन ते भी आरोप लगाए ने। ਕਿੱਥੇ ਰਹਿੰਦੇ ਹੋ ਤੁਸੀਂ? ਅਮਨ ਨਾਮ। ਅਮਨ ਨਗਰ? ਹਾਂਜੀ ਅਮਨ ਨਾਮ। ਅਮਨ ਮੁੰਡੇ ਜਿਹਦੇ ਸੱਟ ਲੱਗੀ ਹੁੰਦਾ ਕੀ ਨਾਮ? ਉਹ ਜਿਹੜੇ ਮੁੰਡੇ ਦਾ ਨਾਮ ਇੱਕ ਉਹ ਸਾਰੇ ਖੜੇ ਭਾਜੀ ਨਲਿਨ ਖੜਾ ਇੱਕ ਹਰਮਨ ਖੜਾ। ਨਹੀਂ ਨਹੀਂ ਜਿਹਦੇ ਸੱਟ ਲੱਗੀ ਹੈ ਹਰਮਨ। ਹਰਮਨ ਤੇ ਕਿੰਨੇ ਗੋਲੀ ਕਿੰਨੇ ਚਲਾਈ ਹੈ ਭਾਈ? ਪਤਾ ਨਹੀਂ ਮੁੰਡੇ 10-12 ਮੁੰਡੇ ਸੀਗੇ। ਕੋਈ ਅੱਧੇ ਅੱਧੇ ਕਹਿ ਰਹੇ ਸੀ? ਹਾਂ ਇੱਕ ਅੱਧਾ ਮੁੰਡਾ ਸੀ, ਪੂਰਾ ਨਾਮ ਨਹੀਂ ਪਤਾ ਭਾਜੀ। ਸਾਈਕਲ ਤੇ ਸੀਗੇ, ਇੱਥੇ ਖੜੇ, ਇੱਥੇ ਇਹਨਾਂ ਗੋਲੀ ਚਲਾਈ। ਕਿੰਨੇ ਗੱਲਬਾਤ ਹੋਈ ਹੈ? ਨਹੀਂ ਭਾਜੀ ਇੱਥੇ ਮੁੰਡੇ ਦੀ ਬਹਿਸ ਹੋਈ ਹੈ। मौके ते पहुंचे पुलिस अधिकारियों का कहना है कि लड़ाई के कारण का अजे पता नहीं चल सकया है ते उन्हां वल्लों इस मामले की जांच की जा रही है। डीएवी स्कूल के ना बैक साइड से एक अपना सानू तलाह मिली भी इतने मुंडे तीन चार गड्डिया खड़िया लड़ाई झगड़ा कर रहे हैं। हम मौके आए गड्डिया सिर्फ अपनिया खड़िया वा, बंदा नहीं कोई लग जाता है वा। बाकी आए मौके से मैंने जान करते की गल है। हाँ जी नहीं फायरों बारे नहीं क्लीयर कोई आर बारे करा बाकी यूनिवर्सिटी का ठीक है। वेखो पता पता करा पूरा ता ही लगू पता ਜਾਂਚ ਕਰਾਂਗੇ ਪੂਰੀ ਜਾਂਚ ਕਰਾਂਗੇ ਇਸ ਚੀਜ਼ ਦੀ ਹੁਣ ਵੀ ਕੀ ਵਜ੍ਹਾ ਕੀ ਲੜਾਈ ਦੀ ਹੋਈ ਆ। ਹਮਲਾ ਆਇਆ ਉਹਦਾ ਕਿਹੜੇ ਸਾਡੇ ਦੋ ਫਾਇਰ ਹੋਏ ਹੁਣ ਪਤਾ ਨਹੀਂ ਹਮਲੇ ਵਾਲੇ ਹੈ ਕਿਹੜੇ ਆ ਕਿ ਕਿੱਦਾਂ ਦੇ ਹੋਇਆ ਜੀ। ਅਜੇ ਕੋਈ ਕਲੀਅਰ ਸਾਹਮਣੇ ਗੱਲ ਆਊਗੀ ਇਹਨੂੰ ਆਪਣਾ ਥਾਣੇ ਬੁਲਾ ਕੇ ਜਾਂ ਪਤਾ ਕਰਕੇ ਫਿਰ ਹੀ ਲੱਗੂ ਆਪਣੇ ਪਤਾ ਵੀ ਕਿਹਦੀਆਂ ਗੱਡੀਆਂ ਕਿਹਦੀਆਂ। ਹੁਣ ਤਾਂ ਅਜੇ 3 ਗੱਡੀਆਂ ਆਪਣੇ ਖੜੀਆਂ ਜਿਹੜੀਆਂ ਟੁੱਟੀਆਂ ਗੱਡੀਆਂ ਖੜੀਆਂ ਤਾਂ ਸਾਹਮਣੇ ਆ। ਕੋਈ ਇਹਦੇ ਕੋਈ ਜ਼ਖਮੀ ਹੋਇਆ ਬੰਦਾ? ਹਾਂਜੀ ਨਹੀਂ ਅਜੇ ਜ਼ਖਮੀ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਹੁਣ ਸਵਾਲ ਇਹੀ ਉੱਠਦਾ ਹੈ ਕਿ ਕਰਫਿਊ ਦੌਰਾਨ ਅਜਿਹੀਆਂ ਵਾਰਦਾਤਾਂ ਕਿਉਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ 6 ਵਜੇ ਤੋਂ ਬਾਅਦ ਨਾਈਟ ਕਰਫਿਊ ਲੱਗ ਜਾਂਦਾ ਹੈ। ਉਸ ਦਰਮਿਆਨ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਕਰ ਰਹੀਆਂ ਨੇ।